ਜਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੀਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆਂ ਅੱਜ ਵੀ ਅਸੀਂ ਇਸੇ ਤਰ੍ਹਾਂ ਸਿੰਘ ਜੀ ਮਹਾਰਾਜ ਜੀ ਓ ਬੱਲੇ 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 ਗਲਾਟੀ ਸਾਹਿਬ ਜੀਓ ਜੈ ਜੀ ਜੈ 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 ਲਾਓ ਜੀ ਮਹਾਰਾਜ ਪਹਿਲੇ ਹੱਥ ਕਰੋ ਲਿਓ ਜੀ ਲਿਓ ਆਹੋ ਜੀ ਲਾਓ ਜੀ ਸਾਹਿਬ ਜੀ ਮਿੱਟਾ ਸਿੰਘ ਜੀ ਇਹਦੇ ਬਹੁਤ ਵਧੀਆ ਬੈਠੋ 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 ਗੱਲ ਇਹ ਆ ਜੀ ਕਿ ਵਕਤ ਜਿਹੜਾ ਨਾ ਇਹ ਸਾਰੀਆਂ ਚੀਜ਼ਾਂ ਸਿਖਾ ਦਿੰਦਾ। ਵਕਤ ਦੇ ਲਿਹਾਜ਼ ਨਾਲ ਬੰਦੇ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ। ਹਾਂ ਬਿਲਕੁਲ ਬਿਲਕੁਲ ਜੀ ਉਪਰਾਲਾ ਕੀਤਾ ਜੀ। ਬਿਲਕੁਲ 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 ਆ ਜੇ ਕੋਈ ਤੁਸੀਂ ਬਾਹਰੋਂ ਆਏ ਹੋ, ਮਾਸਕ ਪਾ ਕੇ ਆਏ ਹੋ। ਤੇ ਉਹ ਲਾਲ ਹੁਣ ਕੋਈ ਗੱਲ। ਆ ਹੁਣ ਲਾਲੀ। ਆ ਦੇਖੋ ਆਪਣੀ ਸਮਾਜਿਕ ਦੂਰੀ ਬਣੀ ਪਈ ਆ। ਬਿਲਕੁਲ ਬਿਲਕੁਲ ਡਾਕਟਰ ਸਾਹਿਬ ਮਾਸਕ ਪਾ ਕੇ ਆਏ ਸੀ ਮਨਰਸੇ 'ਚ ਮਿਲ ਪਏ। ਨਹੀਂ ਨਹੀਂ ਬਹੁਤ ਮੈਂ ਕਿਹਾ ਮਾਸਕ ਪਾਈ ਰੱਖੋ। ਬਹੁਤ ਚੰਗਾ ਕੀਤਾ। ਬਹੁਤ ਚੰਗਾ ਮੈਂ ਵੀ ਅੱਗੇ ਕਦੇ ਤੇਜਪਾਲ ਨਹੀਂ ਆਏ ਉਹਨਾਂ ਨੂੰ ਦੱਸਦਾ ਪਿਆ ਸੀ। ਜੀ ਜੀ। ਵੀ ਇੱਥੇ ਆਪਣਾ ਇਕੱਲੀ ਅ ਜਦੋਂ ਹੁਣ ਬਾਹਰ ਨਿਕਲਣਾ ਹੱਥ ਸਿੱਧਾ ਕਿਲੀ ਤੇ ਜਾਂਦਾ ਉਥੋਂ ਲਾ ਕੇ ਪਾ ਲਈਦਾ ਜੇ ਦਵਾਈ ਦਾ ਉਥੇ ਟੰਗ ਜੀਦਾ ਗਵਾਛਦਾ ਵੀ ਨਹੀਂ ਚੰਗਾ ਕਰ ਦਿਓ ਮਠਾ ਸਿੰਘ ਜੀ ਹਾਂ ਪਰ ਇੱਕ ਦਾ ਇੱਕ ਗੱਲ ਦਾ ਧਿਆਨ ਰੱਖਿਓ ਹਾਂਜੀ ਇਹਨੂੰ ਤੁਸ ਤੁਹਾ ਵੀ ਲਿਆ ਕਰੋ ਬਾਬੋ ਕੋਲੋਂ ਮੈਂ ਸੱਤ ਰੱਖੀ ਹੋਇਆ ਇਹ ਨਵੇਂ ਦੁਬਾਰਾ ਉਹੀ ਪਾ ਲੋ ਨਾ 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 ਰੋਜ਼ ਇੱਕ ਮੈਂ ਬਾਹਰ ਕਿੰਨਾ ਕੋ ਜਾਣਾ ਇੱਕ ਵਾਰੀ ਜਾਣਾ ਪੈਂਦਾ ਹਾਂ ਆ ਨਹੀਂ ਠੀਕ ਹੈ ਜਦੋਂ ਵੀ ਗਏ ਜਦੋਂ ਵੀ ਜਾਈਂ ਸੱਚ ਪਾ ਕੇ ਗਏ ਹਾਂ ਸ਼ਾਮ ਵੀ ਉਹਨੂੰ ਟੋਕਰੀ ਚ ਰੱਖ ਦੇਈਦਾ ਤੋਂ ਸਿੱਧੀ ਜੀ ਗੱਲ ਸ ਵੀਰੇ ਵੀ ਨਵਾ ਕਢੀਦਾ ਆ ਜ਼ਰੂਰੀ ਆ ਅੱਛਾ ਗੱਲ ਹੈ ਇੰਜੀਨੀਅਰ ਸਾਹਿਬ ਆਏ ਆ ਇਹਨਾਂ ਨਾਲ ਤਾਰੀਫ ਕਰਾਉ ਸਾਡਾ ਬਿਲਕੁਲ ਜੀ ਇਹ ਨੇ ਤੁਸੀਂ ਸਹੀ ਫਰਮਾਇਆ ਇੰਜੀਨੀਅਰ ਸਾਹਿਬ ਹਾਂ ਤੇ ਨਵਦੀਪ ਸਿੰਘ ਇਹਨਾਂ ਦਾ ਨਾਮ ਹੈ ਜੀ 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 ਇਹ ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਜੀ ਵਿਭਾਗ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਚ ਕੰਮ ਕਰਨ ਦੇ ਆ ਹੁਸ਼ਿਆਰਪੁਰ ਚ ਤੇ ਜਲੰਧਰ ਚ ਦੋ ਦੋ ਜ਼ਿਲ੍ਹਿਆਂ ਚ ਕੰਮ ਕਰਦੇ ਆ ਵਾਹ ਜੀ ਆਇਆਂ ਨੂੰ ਜੀ ਇੰਜੀਨੀਅਰ ਸਾਹਿਬ ਧੰਨਵਾਦ ਜੀ ਤਾਂ ਮੈਨੂੰ ਜੇ ਪਹਿਲਾਂ ਮੈਂ ਮਿਲਿਆ ਇਹਨਾਂ ਨੂੰ ਤਾਂ ਇੰਜੀਨੀਅਰ ਯਾਦ ਹੈ ਨਾ ਭੋਰਜਣਾਉ ਤੁਸੀਂ ਇਹਨਾਂ ਨਾਲ ਤੇ ਗੱਲਬਾਤ ਕਰਦੇ ਆਂ ਆਪਾਂ ਤੁਸੀਂ ਠੀਕ ਹੋ ਨਾ ਵਧੀਆ ਮਿਠਾ ਸਿੰਘ ਗੱਲ ਇਹ ਆ ਕਿ ਹਾਲਾਤ ਜਿਹੜੇ ਨੇ ਨਾ ਜੀ ਮੈਂ ਸਮਝੀ ਨਾ ਕਿ ਸਾਡੇ ਵਾਸਤੇ ਇਸ ਵਕਤ ਜਿਹੜਾ ਕੰਮ ਕਰਨ ਵਾਲਾ ਇੱਕ ਤੇ ਆ ਮਾਸਕ ਇहतਿਆਤ ਜਿਹੜੀ ਇहतਿਆਤ ਜ਼ਰੂਰੀ ਹੈ ਨਾਲ ਤੇ ਟਿਕਾ ਬੜਾ ਜ਼ਰੂਰੀ ਜੀ ਬਹੁਤ ਬਹੁਤ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ ਮੈਨੂੰ ਪਤਾ ਲੱਗਾ ਹੀ ਵੀ ਤੁਸੀਂ ਤੇ ਘਰ ਘਰ ਜਾ ਕੇ ਸਾਰਿਆਂ ਨੂੰ ਜਾਗਰੂ ਕਰਦੇ ਪਏ ਹੋ ਬਿਲਕੁਲ ਬਿਲਕੁਲ ਇਹ ਕਰਨਾ ਵੀ ਚਾਹੀਦਾ ਹੈ ਨਾ ਦੇਖੋ ਸਾਨੂੰ ਜਿੰਨੇ ਬੰਦੇ ਮਿਲਦੇ ਅਸੀਂ ਉਹਨਾਂ ਨੂੰ ਪਹਿਲੇ ਪੁੱਛੀਦਾ ਉਹ ਭਾਈ ਉਹ ਵੈਕਸੀਨ ਦਵਾ ਲਈ ਜਿਨ੍ਹਾਂ ਨੇ ਨਹੀਂ ਲਵਾਈ ਫੇ ਉਹਨਾਂ ਨੂੰ ਇਹਦੇ ਫਾਇਦੇ ਦੱਸੀ ਦੇ ਆ ਹੈਨਾ ਉਹ ਆਂਦੇ ਅੱਛਾ ਕਈ ਜਿਹੜੇ ਹੁੰਦੇ ਆ ਨਾ ਜਾਗਰੂਕ ਨਹੀਂ ਹੁੰਦੇ ਲਾਟੀ ਸਾਹਿਬ ਜੀ ਇੰਜੀਨੀਅਰ ਸਾਹਿਬ ਉਹਨਾਂ ਨੂੰ ਇਹ ਦੱਸਣਾ ਪੈਂਦਾ ਵੀ ਇਹ ਕਰੋਨਾ ਦੀ ਦਵਾਈ ਨਹੀਂਗੀ ਹੂੰ ਹੂੰ ਇਹ ਤੁਹਾਡੇ ਅੰਦਰ ਸ਼ਕਤੀ ਵਧਾਂਦਾ ਰੋਗਾਂ ਨੂੰ ਲੜਨ ਲੜਨ ਦੇ ਤਾਕਤ ਵਧਾਉਂਦਾ ਤਾਕਤ ਵਧਾਉਂਦਾ ਤਾਂ ਕਿ ਜਿਹੜਾ ਰੋਗ ਹੈ ਉਹ ਵੀ ਸੋਚੇ ਵੀ ਮੈਂ ਇਹਨੂੰ ਨਹੀਂ ਲੱਗਣਾ ਔਰ ਮੈਂ ਸਮਝਿਆ ਮਿਠਾ ਸਿੰਘ ਜੀ ਕਿ ਸਾਡੇ ਮੁਲਕ ਵਾਸਤੇ ਬੜੀ ਇੱਕ ਭਾਗਾਂ ਵਾਲੀ ਗੱਲ ਹੈ ਸਾਡੇ ਵਾਸਤੇ ਕਿ ਸਾਡੇ ਇੱਕ ਸਾਇੰਸ ਦਾ ਨੀਤੀਗਾ ਤਿਆਰ ਕੀਤਾ। ਅਵਲ ਆਏ ਆ ਸੀ ਔਰ ਸਾਡੇ ਮੁਲਕ ਚ ਇਹ ਅਵੇਲੇਬਲ ਹੈ। ਜੀ ਜੀ ਜੀ। ਬਾਹਰਲੇ ਮੁਲਕਾਂ ਨੇ ਕਈ ਨਹੀਂ ਬਾਹਰੋਂ ਮੰਗਾਇਆ। ਇਹਦੇ ਕੋਲ ਤਾਂ ਆਪੇ ਅਵੇਲੇਬਲ ਹੈ। ਆਪਾਂ ਜੀ ਆਪ ਨੇ ਲਵਾਈਏ ਤੇ ਮਾੜੀ ਗੱਲ ਹੈ ਨਾ। ਸਾਡੇ ਮੁਲਕ ਨੇ ਭੇਜਿਆ ਬਾਹਰ। ਹੈ ਨਾ? ਬਸ ਗੱਲ ਇਹ ਆ ਵੀ ਬਹੁਤਾ ਇਹਦੇ ਚ ਸੂਚਨਾ ਨਹੀਂ ਕਈ ਅਫਵਾਹਾਂ ਬਹੁਤ ਫੈਲਦੀਆਂ ਕਈ ਵਾਰੀ। ਹੈ ਨਾ? ਵੀ ਨਹੀਂ ਜੀ ਨਹੀਂ ਇਹਦੇ ਨਾਲ ਬੁਖਾਰ ਚੜ ਜਾਂਦਾ। ਇਦੇ ਨਾਲ ਨੁਕਸਾਨ ਵੀ ਹੁੰਦਾ ਹੈ ਨਾ ਪਰ ਗੱਲ ਇਹ ਆ ਵੀ ਅਸੀਂ ਤੇ ਲਵਾਏ ਆ ਕੋਈ ਥੋੜਾ ਬੋਤਾ ਬੁਖਾਰ ਜੇ ਚੜਦਾ ਹੈ ਤੇ ਉਹ ਡਾਕਟਰ ਕਹਿੰਦੇ ਚੜ ਸਕਦਾ ਚੜ ਸਕਦਾ ਉਸ ਦੇ ਵਾਸਤੇ ਨਾਲ ਦਵਾਈ ਵੀ ਹੈਗੀ ਹੈ ਉਹ ਕਹਿੰਦੇ ਖਾ ਲੋ ਸੋ ਗੱਲ ਹੈ ਕਿ ਇਹ ਲੰਬੇ ਸਮੇਂ ਵਾਸਤੇ ਸਾਡੇ ਵਾਸਤੇ ਫਾਇਦੇਮੰਦ ਸਾਬਤ ਹੋ ਸਕਦਾ ਇਹ ਆਪਾਂ ਨੂੰ ਲਵਾਉਣਾ ਚਾਹੀਦਾ ਕਾਲ ਨਹੀਂ ਕਰਨੀ ਜੀ ਨਹੀਂ ਕਰਨੀ ਚਾਹੀਦੀ ਇੱਕ ਕਾਲ ਹੋ ਰਿਹਾ ਜਿਹੜੀ ਨਹੀਂ ਕਰਨੀ ਜੀ ਵੰਡੀਆਂ ਦੇ ਭਾ ਬਿਲਕੁਲ ਸੁਣਾਉਣ ਦੇ ਲਈ ਜੀ ਇਹ ਵੀ ਰੋਜ਼ ਦੇ ਰੋਜ਼ ਦੱਸਨੇ ਚਾਹੀਦੇ ਆ ਇਹ ਇਹ ਬੈਠਦਾ ਸ਼ਿੰਗਾਰ ਹੈ ਜੀ ਹਾਂ ਬਿਲਕੁਲ ਬਿਲਕੁਲ ਲਓ ਜੀ ਕੁਲਾਰਤੀ ਸਾਹਿਬ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਆ ਵੀ ਆਲੂ ਜਿਹੜਾ ਨਾ ਇਹ ਜਲੰਧਰ ਵਿਕਿਆ 300 ਰੁਪਏ ਕਿਵਿੰਟਲ ਜੀ ਅੰਮ੍ਰਿਤਸਰ ਚ 500 ਰੁਪਏ ਰਈਆ 1000 ਰੁਪਏ ਮੁਕਸਰ 700 ਰੁਪਏ ਤੇ ਫਾਜ਼ਿਲਕਾ 850 ਰੁਪਏ ਜੀ ਬੜਾ ਸਿੰਘ ਜੀ ਪਿਆਜ਼ ਅੱਜ ਵਿਕਿਆ ਜੀ ਜਲੰਧਰ 1300 ਰੁਪਏ ਅੰਮ੍ਰਿਤਸਰ 1200 ਰੁਪਏ ਰਈਆ 1500 ਰੁਪਏ ਮੁਕਸਰ 1350 ਰੁਪਏ ਇਹ ਫਾਜ਼ਿਲਕਾ 1500 ਰੁਪਏ ਕਿਵਿੰਟਲ ਪਿਆਜ਼ ਵੇਚਿਆ ਜੀ ਟਮਾਟਰ ਅੱਜ ਵਿਗਿਆ ਜੀ ਜਲੰਧਰ 250 ਨੂੰ ਅੰਮ੍ਰਿਤਸਰ 400 ਰੁਪਏ ਰਈਆ 1100 ਰੁਪਏ ਮੁਕਸਰ 400 ਰੁਪਏ ਤੇ ਫਾਜ਼ਿਲਕਾ 600 ਰੁਪਏ ਕੀ ਬਾਤ ਹੈ ਕਿ ਯਾ ਜਲੰਧਰ ਵੇਚਿਆ 300 ਰੁਪਏ ਕਿਵਿੰਟਲ ਜੀ ਅੰਮ੍ਰਿਤਸਰ 700 ਰੁਪਏ ਰਈਆ 900 ਰੁਪਏ ਮੁਕਸਰ 600 ਰੁਪਏ ਫਾਜ਼ਿਲਕਾ 700 ਰੁਪਏ ਕਿਵਿੰਟਲ ਜੀ ਹੁਣ ਭਿੰਡੀ ਜੀ ਹਾਂ ਜੀ 1200 ਰੁਪਏ ਪਾ ਰਿਆ ਜੀ ਜਲੰਧਰ ਦਾ ਅੰਮ੍ਰਿਤਸਰ 800 ਰੁਪਏ ਰਈਆ 1400 ਰੁਪਏ ਮੁਕਸਰ 1700 ਰੁਪਏ ਤੇ ਫਾਜ਼ਿਲਕਾ ਜਿਹੜੇ ਇਹ 1200 ਰੁਪਏ ਜਿਮਟਾ ਸਿੰਘ ਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਬਿਲਕੁਲ ਜੀ ਹੁਣ ਆ ਜੀਏ ਆਪਣੇ ਇੰਜੀਨੀਅਰ ਸਹਿਬਾਨ ਵਾ ਬਿਲਕੁਲ ਜੀ ਹਾਂ ਜੀ ਬਿਲਕੁਲ ਦੇਖੋ ਇੰਜੀਨੀਅਰ ਆ ਤੁਸੀਂ ਦੱਸਿਆ ਖਾਸ ਤੌਰ ਤੇ ਖੇਤੀ ਮਸ਼ੀਨਰੀ ਦੀ ਬਿਲਕੁਲ ਤੇ ਗੱਲ ਵੀ ਫਿਰ ਇਹਨਾਂ ਨਾਲ ਹੀ ਹੋਈ ਕਰਦੇ ਆਂ ਵੀ ਇਹ ਖੇਤੀ ਮਸ਼ੀਨਰੀ ਸੇਵਾ ਕੇਂਦਰ ਇਹਨਾਂ ਰਾਹੀਂ ਖੇਤੀ ਵਿਕਾਸ ਬਹੁਤ ਵਧੀਆ ਜੀ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਵੀ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814264 0181 2814264 ਡਾਕਟਰ ਸਾਹਿਬ ਜੀ ਗੱਲ ਇਹ ਆ ਕਿ ਮਹਿਕਮਾ ਵੀ ਕੋਈ ਨਾ ਕੋਈ ਉਪਰਾਲਾ ਕਰਦਾ ਸਰਕਾਰ ਵੀ ਉਪਰਾਲੇ ਕਰਦੀ ਆ ਤੇ ਜ਼ਿਮੀਦਾਰ ਤੇ ਆਪਣੇ ਵੱਲੋਂ ਕਰਦਾ ਹੀ ਕਰਦਾ ਬਿਲਕੁਲ ਕਿਉਂਕਿ ਉਹਨੇ ਇਹਦੇ ਖੇਤੀਬਾੜੀ ਕਰਨੀ ਕਰਨੀਆਂ ਇਹ ਜਿਹੜੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਆ ਹੈ ਇਹਦੇ ਤੋਂ ਤੁਸੀਂ ਕੀ ਭਾਅ ਲੈਨੇ ਆ ਕੀ ਮਤਲਬ ਲੈਨੇ ਆ ਤੇ ਸਾਡੇ ਲੋਕਾਂ ਵਾਸਤੇ ਇਹਦੀ ਖਾਸ ਮਹੱਤਤਾ ਕੀ ਆ ਬਿਲਕੁਲ ਜੀ ਮਠਾ ਸਿੰਘ ਜੀ ਖੇਤੀ ਮਸ਼ੀਨਰੀ ਸੇਵਾ ਕੇਂਦਰ ਜਿੱਦਾਂ ਨਾਂ ਤੋਂ ਹੀ ਸਾਨੂੰ ਸਪਸ਼ਟ ਹੋ ਜਾਂਦਾ ਕਿ ਇਹ ਕਿਸ ਤਰ੍ਹਾਂ ਦਾ ਸੇਵਾ ਕੇਂਦਰ ਜਿੱਥੋਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਮਿਲਦੀਆਂ ਖੇਤੀ ਮਸ਼ੀਨਰੀ ਦੀਆਂ ਸੇਵਾਵਾਂ ਮਿਲਦੀਆਂ ਸਾਰੀਆਂ ਜੀ ਜੀ ਇਹ ਇਸ ਤਰ੍ਹਾਂ ਅਸੀਂ ਇੱਕ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਸੀ ਕਿ ਛੋਟੇ ਕਿਸਾਨ ਜਿਹੜੇ ਆ ਜਿਹੜੇ ਮਸ਼ੀਨਾਂ ਕਿਉਂਕਿ ਬਹੁਤ ਮਹਿੰਗੀਆਂ ਆ ਰਹੀਆਂ ਵੱਡੀਆਂ ਮਸ਼ੀਨਾਂ ਆ ਰਹੀਆਂ ਜੀ ਜੀ ਤੇ ਵੱਡੇ ਟਰੈਕਟਰ ਚਾਹੀਦੇ ਹੁਣਾਂ ਲਈ ਤੇ ਉਹਨਾਂ ਨੂੰ ਉਹਨਾਂ ਕੋਲ ਇੰਨੀ ਸਮਰੱਥਾ ਨਹੀਂ ਹੈਗੀ ਵੀ ਉਹ ਖਰੀਦ ਸਕਣ ਉਸ ਸੀ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਸੀ ਕਿ ਕਿਸਾਨ ਸਮੂਹਾਂ ਦਾ ਇੱਕ ਗਰੁੱਪ ਉਹਨਾਂ ਨੂੰ ਇਕੱਠੇ ਕਰਕੇ ਇੱਕ ਗਰੁੱਪ ਬਣਾਇਆ ਜਾਵੇ ਜੀ ਉਹ ਗਰੁੱਪ ਨੂੰ ਜਿਹੜੀ ਆ ਮਸ਼ੀਨਾਂ ਜਿਹੜੀਆਂ ਮੁਹਈਆ ਕਰਵਾਈਆਂ ਜਾਣ ਉਹ ਅੱਗੇ ਛੋਟੇ ਕਿਸਾਨਾਂ ਨੂੰ ਦਰਮਿਆਨੇ ਕਿਸਾਨਾਂ ਨੂੰ ਜਿਹੜੀ ਆ ਵਾਜਬ ਦਰਾਂ ਤੇ ਜਿਹੜੇ ਜੋ ਮਾਰਕੀਟ 'ਚ ਰੇਟ ਚੱਲ ਰਹੇ ਉਸ ਤੋਂ ਵੀ ਵਾਜਬ ਦਰਾਂ ਦੇ ਉੱਤੇ ਜਿਹੜੀਆਂ ਮਹਈਆ ਕਰਵਾਈਆਂ ਕਿਰਾਏ ਤੇ ਮਤਲਬ ਹਾਂ ਕਿਰਾਏ ਤੇ ਜਿਹੜੀਆਂ ਦਿੱਤੀਆਂ ਜਾਣ ਤਾਂ ਕਿ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਜਿਹੜੀ ਸੁਧਰੀਆਂ ਜਿਹੜੀਆਂ ਜੋਕੀਆਂ ਜਿਹੜੀਆਂ ਲੇਟੈਸਟ ਮਸ਼ੀਨਾਂ ਵਾਂ ਉਹ ਵਰਤਣ ਦਾ ਮੌਕਾ ਮਿਲ ਸਕੇ ਤੇ ਉਹਨਾਂ ਦੀ ਉਪਚਿਤ ਜਿਹੜਾ ਵਾਅਦਾ ਕੀਤਾ ਜਾ ਸਕੇ ਇਹ ਬੜਾ ਵੱਡਾ ਰੋਲ ਇਹ ਕਦਾ ਕਰ ਰਿਹਾ ਜਿਹੜੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਅੱਛਾ ਨਵਦੀਪ ਜੀ ਬੜਾ ਤੁਸੀਂ ਵਧੀਆ ਗੱਲ ਕੀਤੀ ਔਰ ਮਠਾ ਸਿੰਘ ਜੀ ਕਿ ਇਹ ਵਾਕਈ ਦੇਖੋ ਕਰਜ਼ੇ ਥੱਲੇ ਆ ਪਸਾਰੇ हां कि जी ਨਾ ਮਸ਼ੀਨਰੀ ਖਰੀਦਣੀ ਸੌਕੀ ਕਿ ਮਸ਼ੀਨਰੀ ਮਹਿੰਗੀ ਬੜੀ ਹੈ ਤੁਹਾਡਾ ਬੜਾ ਵਧੀਆ ਮੁਕੱਦਸ ਮਹਿਸੇਨਾ ਟੀਚਾ ਹੈ ਕਿ ਕਿਸਾਨ ਨੂੰ ਕਿਰਾਏ ਤੇ ਮਸ਼ੀਨਾ ਮਿਲ ਜਾਵੇ ਪਰ ਹੁਣ ਕਿਸਾਨ ਨੂੰ ਜਿੱਥੇ ਕਿਸਾਨ ਬੈਠਾ ਹੈ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੇ ਆਲੇ ਦੁਆਲੇ ਕਿਤੇ ਮਸ਼ੀਨਰੀ ਸੇਵਾ ਸੈਂਟਰ ਹੈਗਾ ਕਿੱਥੇ ਸੇਵਾਵਾਂ ਮਿਲ ਰਹੀਆਂ ਹਨ ਕਿਵੇਂ ਸੇਵਾਵਾਂ ਮਿਲ ਰਹੀਆਂ ਹਨ ਇਹਦੇ ਬਾਰੇ ਜਾਣਕਾਰੀ ਕਿਸਾਨ ਨੂੰ ਕਿਵੇਂ ਮਿਲਦੀ ਹੈ ਬਿਲਕੁਲ ਜੀ ਗਲਾਟੀ ਸਾਹਿਬ ਜੇ ਇੱਕ ਮੈਂ ਥੋੜਾ ਜਿਹਾ ਤੁਹਾਨੂੰ ਪੰਜਾਬ ਦੀ ਜਿਹੜੀ ਸਿਚੁਏਸ਼ਨ ਦੱਸਾਂ ਪਿਛਲੇ 3 ਸਾਲਾਂ ਤੋਂ ਇੱਕ ਸਕੀਮ ਚਲਾਈ ਜਾ ਰਹੀ ਆ ਫਸਲੀ ਰਹਿੰਦ-ਖੂੰਦ ਦਾ ਜਿਹੜਾ ਸਚੱਜਾ ਪ੍ਰਬੰਧਨ ਜਿਹਨੂੰ ਕ੍ਰੌਪ ਰੈਜ਼ਿਡਿਊ ਮੈਨੇਜਮੈਂਟ ਸਕੀਮ ਦਾ ਨਾਮ ਦਿੱਤਾ ਗਿਆ ਇਸ ਦਿਨ ਜਿਹੜੀਆਂ ਅਸੀਂ ਮਸ਼ੀਨਾਂ ਕਿਸਾਨ ਗਰੁੱਪਾਂ ਨੂੰ ਜਿਹਨੂੰ ਅਸੀਂ ਕਿਸਾਨ ਸੇਵਾ ਕੇਂਦਰ ਕਹਿੰਦੇ ਆ ਜਾਂ ਕਿਸਾਨ ਗਰੁੱਪ ਵੀ ਕਹਿ ਸਕਦੇ ਆ ਜਾਂ ਫਾਰਮ ਮਸ਼ੀਨਰੀ ਬੈਂਕ ਵੀ ਕਹਿ ਸਕਦੇ ਆ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ ਇਹਨਾਂ ਨੂੰ ਉਹਨਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜੇ ਮੈਂ ਦੇਖਾਂ ਤੇ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 49000 ਅਸੀਂ ਕਿਸਾਨ ਗਰੁੱਪ ਜਿਹੜੇ ਬਣਾਏ ਆ ਆਪਣੇ ਸੂਬੇ ਚ ਹਾਂਜੀ ਖੇਤੀ ਮਸ਼ੀਨਰੀ ਕੇਂਦਰ ਜਿਹੜੇ 50000 ਲਾ ਲੋ ਜਾਂ 99000 ਅਸੀਂ ਲਾਗੇ ਚਾਗੇ ਹਾਂ ਬਣਾ ਲਏ ਆ ਤੇ ਇਹ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਇਹ ਗਰੁੱਪਾਂ ਨੂੰ ਦਿੱਤੀਆਂ ਗਈਆਂ ਗਰੁੱਪ ਕੀ ਆ ਜਿਹੜੇ 6 8 ਤੋਂ 10 ਜ਼ਿਮੀਂਦਾਰਾਂ ਦਾ ਇੱਕ ਸਮੂਹ ਆ ਤੇ ਹੁਣ ਇਹ ਚ ਇਹ ਆ ਜਾਂਦਾ ਵੀ ਜਿਹੜੇ 50000 ਕਿਸਾਨ ਗਰੁੱਪਾਂ ਇਹਨਾਂ ਦਾ ਪਤਾ ਕਿਦਾਂ ਲੱਗੂਗਾ ਵੀ ਕਿੱਥੇ ਆ ਇਹ ਜ਼ਰੂਰੀ ਇਹਦੇ ਲਈ ਪੰਜਾਬ ਸਰਕਾਰ ਨੇ ਤੇ ਪੰਜਾਬ ਸਟੇਟ ਰਿਮੋਟ ਸੈਂਸਿੰਗ ਇੱਕ ਸੰਸਥਾ ਹੈਗੀ ਹੈ ਲੁਧਿਆਣੇ ਚ ਜਿਹਨਾਂ ਦਾ ਦਫਤਰ ਆ ਉਹਨਾਂ ਨੇ ਇੱਕ ਉਪਰਾਲਾ ਕੀਤਾ ਦੋ ਜਿਹੜੀਆਂ ਕਿਉਂਕਿ ਕਿਸਾਨ ਸਾਰੇ ਜਿਹੜੇ ਇਹ smartphones ਵਰਤਦੇ ਆ ਜੀ ਉਹਨਾਂ ਦੇ ਵਿੱਚ ਐਪਲੀਕੇਸ਼ਨਾਂ ਦੋ ਜਿਹੜੀਆਂ ਦੇ ਦਿੱਤੀਆਂ ਆਈ ਖੇਤ ਤੇ ਫਾਰਮ ਐਪ ਆਈ ਖੇਤ ਆਈ ਆਈ ਮੈਂ ਕਹਿੰਨੀ ਆ ਜਿਹਨੂੰ ਆਈ ਹਾਂ ਡੈਸ਼ ਖੇਤ ਆਖਿਆ ਜੀ ਤੇ ਦੂਸਰੀ ਦਾ ਐਪ ਐਪਲੀਕੇਸ਼ਨ ਦਾ ਨਾਮ ਹੈਗਾ ਫਾਰਮ ਐਪ ਫਾਰਮ ਐਪ ਫਾਰਮ ਐਪ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਫੋਨ ਦੇ ਉੱਤੇ ਲੋਡ ਕਰਦੇ ਹੋ ਇਹਦੇ 'ਚ ਤੁਸੀਂ ਜਦੋਂ ਪਾਉਨੇ ਹੋ ਆਪਣਾ ਤੁਸੀਂ ਆਪਣੇ ਦੇਖਣਾ ਵੀ 10 ਕਿਲੋਮੀਟਰ ਦੇ ਏਰੀਆ 'ਚ ਤੁਹਾਡੇ ਲਾਗੇ ਕੋਈ ਕਿਸਾਨ ਜਿਹੜਾ ਸਮੂਹ ਹੈਗਾ ਜਾਂ ਖੇਤੀ ਸੇਵਾ ਕੇਂਦਰ ਹੈਗਾ ਉਹ ਤੁਹਾਨੂੰ ਪਤਾ ਲੱਗ ਜਾਏਗਾ ਵੀ 10 ਕਿਲੋਮੀਟਰ ਦੇ ਸਰਕਲ 'ਚ 25 ਕਿਲੋਮੀਟਰ ਦੇ ਸਰਕਲ 'ਚ 50 ਕਿਲੋਮੀਟਰ ਦੇ ਸਰਕਲ 'ਚ ਨਾਲ ਉਹਦਾ ਫੋਨ ਨੰਬਰ ਹੋਏਗਾ ਉੱਤੇ ਅੱਛਾ ਜੀ ਹਾਂ ਉਹਦਾ ਨਾਂ ਹੋਏਗਾ ਉਹਦਾ ਫੋਨ ਨੰਬਰ ਹੋਏਗਾ ਤੁਸੀਂ ਜਿਹੜਾ ਵੀ ਤੁਹਾਨੂੰ ਲੱਗੇ ਪੈਂਦਾ ਤੁਸੀਂ ਉਹਨਾਂ ਨਾਲ ਫੋਨ 'ਤੇ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਦੱਸ ਸਕਦੇ ਹੋ ਵੀ ਮੈਨੂੰ ਕਿਹੜੀ ਮਸ਼ੀਨਰੀ ਚਾਹੀਦੀ ਆ ਤਾਨੂੰ ਇਹ ਵੀ ਪਤਾ ਲੱਗ ਜਾਏਗਾ ਵੀ ਉਸ ਖੇਤੀ ਸੇਵਾ ਕੇਂਦਰ ਕੋ ਕਿਹੜੀ ਮਸ਼ੀਨਰੀ ਉਪਲਬਧ ਹੈ ਅੱਛਾ ਟੈਲੀਫੋਨ ਜੀ ਤੁਸੀਂ ਗੱਲ ਕੀਤੀ ਆ ਤੇ ਸਜਣਾ ਦਾ ਫੋਨ ਵੀ ਆ ਹੀ ਗਿਆ ਠੀਕ ਹੈ ਜੀ ਹੈਲੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਮਿੱਤਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਸਾਹ ਬੋਲਦੇ ਤੇ ਕੀ ਸਵਾਲ ਹੈ ਜੀ ਤੁਹਾਡਾ ਮੈਂ ਜੀ ਮੁਖਤਿਆਰ ਸਿੰਘ ਪਿੰਡ ਮੀਰ ਸ਼ਾਹ ਵਾਲਾ ਡਿਸਟ੍ਰਿਕਟ ਰੋਜਪੁਰ ਤੋਂ ਬੋਲਦਾ ਜੀ ਜੀ ਮੁਖਤਿਆਰ ਜੀ ਹਾਂ ਜੀ ਸਾਡਾ ਸਵਾਲ ਹੈ ਜੀ ਅਸੀਂ ਵੀ 6 ਕਿੱਲੇ ਜ਼ਮੀਨ ਹੈ ਤੇ ਟਰੈਕਟਰ ਆਪਣੇ ਕਿਰਾਏ ਤੇ ਕੰਮ ਕਰਾਉਣੇ ਆ ਸਾਡੇ ਨੇੜੇ ਨਾ ਆਪਣੇ ਬੂਹ ਗੁਜਰਾ ਹੈਗਾ ਸਾਇਟੀ ਸਾਡੀ ਮੀਰ ਸਾਹ ਪਿੰਡ ਚ ਪੈਂਦੀ ਹੈ ਤੇ ਉਹਨਾਂ ਕੋਲ ਆ ਐਪੀਸੀ ਡਰੈਕਟਰ ਟਰੈਕਟਰ ਸੇ ਕੋਈ ਨਹੀਂ ਆਇਆ ਤੇ ਸਾਨੂੰ ਕਿਰਾਇਆ ਤੇ ਕਰਾਉਣਾ ਪੈਂਦਾ ਕੰਮ ਮਸਲ ਜਿੰਨਾਂ ਕੋ ਟਰੈਕਟਰ ਰਖਨੇ ਜੀ ਕਿ ਸਾਇਟੀ ਨੇੜੇ ਸਾਡੇ ਟਰੈਕਟਰ ਆ ਜਾਵੇ ਤਾਂ ਸਿੱਧਾ ਕੱਟ ਵਾਈ ਤੇ ਹੋ ਸਕਦਾ ਹੁਣ ਸਾਨੂੰ 500 ਰੁਪਏ ਪੈਂਦਾ ਕਲਟੀਵੇਟਰਾਂ ਦਾ 350 ਤੋਂ ਅਗੇ ਦਾ ਲੈਂਦੇ ਨੇ ਸਾਡੇ ਕੋਲ ਜੀ ਜੀ ਇੱਕ ਲੈ ਦੇ ਵੇਹੇ ਟਰੈਕਟਰ ਨੇ ਲੈ ਰਿਆ ਮਹਿੰਗਾ ਟਰੈਕਟਰ ਪੈਂਦਾ ਹੈ ਨਾ ਕਈ ਦਾ ਦਿਨਾਂ ਦਿਨਾਂ ਕਿਨਾਂ ਲਈ ਫਰਦੇ ਨੇ ਕਰਜ਼ਾਈ ਹੋ ਜਾਂਦੇ ਨੇ ਹਾਂ ਹਾਂ ਸੋ ਆਈ ਸਸਤੀ ਪੈਂਦੀ ਹੈ ਜੇ ਸਾਨੂੰ ਜੇ ਸਰਾਇਤ ਕਰਾਕ ਬਜਾਈ ਦਾ ਕਰੀਂ ਉਹਾਂ ਜੀ ਜੀ ਸੁਸਾਇਟੀ ਦੇ ਹੈਗੀ ਆ ਉਹੀ ਗੱਲ ਹੈ ਦੇਖੋ ਮਸ਼ੀਨਰੀ ਵੀ ਹੈਗੀ ਆ ਪਰ ਟਰੈਕਟਰ ਨਹੀਂ ਹੈਗਾ ਹਾਂ ਬਿਲਕੁਲ ਜੀ ਮੁਖਤਿਆਰ ਸਿੰਘ ਹੋਂ ਦਾ ਬੜਾ ਵਾਜਬ ਸਵਾਲ ਆ ਜੀ ਜੀ ਤੇ ਇਹਦੇ ਚ ਅਸੀਂ ਕੀ ਕਰ ਸਕਦੇ ਆ ਵੀ ਉਹ ਗੱਲ ਉੱਥੇ ਆਏ ਨਹੀਂ ਵੀ ਸਾਨੂੰ ਕਿਸਾਨ ਗਰੁੱਪ ਬਣਾਉਣਾ ਪੈਣਾ ਜੀ ਇਕੱਠੇ ਹੋ ਕੇ ਹੁਣ ਮੈਂ ਇੱਕ ਛੋਟੀ ਜੀ ਤੁਹਾਨੂੰ ਇੱਕ ਇਹਦਾ ਹੱਲ ਦੱਸਦਾ ਜੀ ਹਾਂ ਮਾਲੋ ਵੀ ਅਸੀਂ ਕਿਸਾਨ ਗਰੁੱਪ ਬਣਾਉਨੇ ਆ ਅੱਠ ਜਾਣੇ ਮਿਲ ਕੇ ਹੂੰ ਹੂੰ ਤੇ ਕੋਈ ਮਸ਼ੀਨਰੀ 100 ਰੁਪਏ ਦੀ ਮਸ਼ੀਨਰੀ ਆ ਮੈਂ ਇੱਕ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸ ਰਿਹਾ ਜੀ 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 100 ਰੁਪਏ ਦੀ ਮਸ਼ੀਨਰੀ ਆ ਜੇ ਅਸੀਂ ਉਹਨੂੰ ਆ ਸਬਸਿਡੀ ਤੇ ਲੈਨੇ ਆ ਤਾਂ ਸਾਨੂੰ 80% ਸਬਸਿਡੀ ਮਿਲਦੀ ਆ ਕਿਸਾਨ ਗਰੁੱਪ ਨੂੰ ਹੂੰ ਤੇ ਸਾਨੂੰ 20 ਰੁਪਏ ਦੀ ਮਸ਼ੀਨ ਪੈਂਦੀ ਆ ਹੂੰ ਹੂੰ ਤੇ ਅੱਠ ਜਾਣੇ ਜੇ ਇਕੱਠੇ ਹੋ ਗਏ ਅਸੀਂ ਮਸ਼ੀਨ ਖਰੀਦਦੇ ਆ ਤੇ 2.5 2.5 ਰੁਪਏ ਦੀ ਸਾਨੂੰ ਸਾਨੂੰ ਹਿੱਸਾ ਪਾਉਣਾ ਪੈਂਦਾ ਵਿੱਚ ਹੂੰ ਹੂੰ ਸੋ ਇਹਨਾਂ ਦਾ ਸਵਾਲ ਦਾ ਇਹੀ ਹਾਲ ਆ ਵੀ ਅਸੀਂ ਸਾਨੂੰ ਇਕੱਠੇ ਹੋਣ ਦੀ ਲੋੜ ਆ ਤੋ ਸੀ ਤਾਂ ਸਭ 6 6 ਕੜਾ ਢਾਡੀ ਜ਼ਮੀਨ ਆ ਜੇ ਅਸੀਂ ਇਦਾਂ ਹੀ ਤੁਹਾਡੇ ਨਾਲ ਹੋਰ ਜਿਹੜੇ ਪਿੰਡ ਦੇ ਤੁਹਾਡੇ ਗਵਾਂਢੀ ਆ ਜਾਂ ਕੋਈ ਤੁਹਾਡੇ ਸ਼ਰੀਕੇ ਚੋਂ ਆ ਜੇ ਅਸੀਂ ਇਕੱਠੇ ਹੋ ਜੀਏ ਤੇ ਇਹ ਵੱਡਾ ਟਰੈਕਟਰ ਵੀ ਲਿਆ ਜਾ ਸਕਦਾ ਮਸ਼ੀਨਾ ਵੀ ਅਸੀਂ ਇਕੱਠੀਆਂ ਕਰ ਸਕਦੇ ਆ ਤੇ ਇਹ ਸਮੱਸਿਆ ਦਾ ਹੱਲ ਵੀ ਕਰ ਸਕਦੇ ਆ ਲੋੜ ਆ ਇਕੱਠੇ ਹੋਣ ਦੀ ਕੋਆਪਰੇਟਿਵ ਫਾਰਮਿੰਗ ਦੀ ਲੋੜ ਆ ਅੱਜ ਦਾ ਸਮਾਂ ਜਿਹੜਾ ਉਹ ਕੋਆਪਰੇਟਿਵ ਫਾਰਮਿੰਗ ਦਾ ਇਕੱਠੇ ਹੋ ਕੇ ਖੇਤੀ ਕਰਨ ਦਾ ਤੇ ਜਿਹੜੀ ਆਪਾਂ ਸਮੱਸਿਆ ਦੀ ਗੱਲ ਕੀਤੀ ਹੈ ਨਾ ਵੀ ਕਰਜ਼ਾ ਕਰਜ਼ਾ ਕਿਉਂਕਿ ਅਖਬਾਰਾਂ ਚ ਰੋਜ਼ ਦੇਖੀਦਾ ਵੀ ਅੱਜ ਇੰਨੇ ਕਿਸਾਨਾਂ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਉਹਦਾ ਹਾਲੇ ਹੋਈ ਆ ਵੀ ਇਕੱਠੇ ਹੋ ਜਾਈਏ ਤਾਂ ਹੀ ਅਸੀਂ ਇਹ ਜਿਹੜੀਆਂ ਖਬਰਾਂ ਤੋਂ ਜਿਹੜੀ ਨਜਾਤ ਪਾ ਸਕਦੇ ਆ ਕਰਜੇ ਤੋਂ ਨਿਜਾਦ ਪਾ ਸਕਦੇ ਆ ਤੇ ਆਪਣੀ ਖੇਤੀ ਨੂੰ ਲਾਹੇਵੰਦ ਕਰ ਸਕਦੇ ਆ ਹੁਣ ਬਚਾ ਕੀ ਆ ਕੁਲਾਟੀ ਸਾਹਿਬ ਸਾਨੂੰ ਮੈਂ ਕਟਮੀ ਬਹੂਗੀ ਆਪਣੇ ਅੰਦਰੋਂ ਬਿਲਕੁਲ ਜੀ ਬਹੁਤ ਜ਼ਰੂਰੀ ਆ ਮਿਠਾ ਸਿੰਘ ਜੀ ਦੇਖੋ ਸਾਡੀਆਂ ਜ਼ਰੂਰਤਾਂ ਸਾਰੀਆਂ ਸਾਂਝੀਆਂ ਆ ਹਾਂ ਹੁਣ ਦੇਖੋ ਮੁਖਤਿਆਰ ਜੀ ਨੇ ਗੱਲ ਕੀਤੀ ਟਰੈਕਟਰ ਚਾਹੀਦਾ ਹੁਣ ਟਰੈਕਟਰ ਲੈਣਾ ਸੌਖਾ ਨਹੀਂਗਾ ਉਹ ਮੈਂ ਨਹੀਂ ਲੈ ਸਕਦਾ ਅਸੀਂ ਲੈ ਲਈਏ ਅਸੀਂ ਇਕੱਠੇ ਲੈ ਲਾਂਗੇ ਤੇ ਅੱਛਾ ਇਕੱਠੇ ਵਰਤਾਂਗੇ ਹਾਂ ਬਿਲਕੁਲ ਵੈਸੇ ਵੀ ਟਰੈਕਟਰ ਸਾਡੇ ਕੋਲ ਇੰਨੇ ਨਹੀਂ ਨੇ ਕਿ ਆਪਾਂ ਕਹਿੰਨੇ ਆ ਕਿ ਟਰੈਕਟਰ ਜਿੰਨੀ ਜ਼ਰੂਰਤ ਤੇ ਉਹਨੇ ਬੰਦੇ ਕੰਮ ਆਪਾਂ ਲੈਂਦੇ ਨਹੀਂ ਵਿਹਲਾ ਪਿਆਰ ਦਾ ਤੁਸੀਂ ਬੜੀ ਵਧੀਆ ਗੱਲ ਕੀਤੀ ਮੈਂ ਤੋ ਅਸੀਂ ਤੇ ਆਉਣਾ ਪੈਣਾ ਹੈ ਪਹਿਲੀ ਗੱਲ ਤੇ ਅਸੀਂ ਤੇ ਜਿਹੜੇ ਕੋਈ ਪੰਜਾਬ ਨਹੀਂ ਅਸੀਂ ਜੇ ਜੜੀਆਂ ਦੱਖਣ ਦੇ ਵਿੱਚ ਸਾਡੀਆਂ ਸਟੇਟਾਂ ਵਾਂ ਤਾਮਲਨਾਡੂ ਹੋ ਗਈ ਕਰਨਾਟਕਾ ਉਧਰ ਇਹ ਜਿਹੜਾ ਕੋਆਪਰੇਟਿਵ ਸਿਸਟਮ ਬੜਾ ਸਫਲਤਾਪੂਰਵਕ ਚੱਲ ਰਿਹਾ ਹੈ ਜਿਹੜਾ ਲੈਨਲ ਚੱਲਦਾ ਬੜਾ ਵਧੀਆ ਚੱਲ ਰਿਹਾ ਔਰ ਕੰਮ ਜਾਵੇ ਉਥੇ ਆਪ ਕਾਮ ਜਾਵਾ ਜੇ ਮਲੋ ਸੜਕੋ ਇੰਡੀਆ ਦੇ ਵਿੱਚ ਹੀ ਐਗਜ਼ੈਂਪਲ ਹੈਗੀਆਂ ਤੇ ਦੂਜੀ ਗੱਲ ਆ ਜਿਹੜੀ ਇਹ ਐਗਜ਼ੈਪਲਾਂ ਨੂੰ ਸਾਨੂੰ ਆਪਣੇ ਸਟੇਟ ਦੇ ਵਿੱਚ ਵੀ ਲਿਆ ਕੇ ਕਾਪੀ ਕਰਨਾ ਚ ਕਹਿੰਦੇ ਨਾ ਚੰਗੀ ਗੱਲ ਜਿੱਥੋਂ ਮਿਲਲੇ ਉਹਦੀ ਕਾਪੀ ਕਰ ਲੈਣੇ ਇਹਨਾਂ ਜਿੱਥੋਂ ਮਿਲੇ ਲੈ ਲਓ ਲੈ ਲੈਣੀ ਚਾਹੀਦੀ ਹੈ ਜੀ ਬਿਲਕੁਲ ਜੀ ਇਹ ਚੀਜ਼ਾਂ ਸਿੱਖਣ ਦੀ ਲੋੜ ਹੈ ਜੀ ਅੱਛਾ ਗੱਲ ਇਹ ਆ ਆਪਣਾ ਨਵਦੀਪ ਜੀ ਤੁਸੀਂ ਗੱਲਾਂ ਤੇ ਬਹੁਤ ਵਧੀਆ ਕਰਦੇ ਪਏ ਹੋ ਵੀ ਤੁਸੀਂ ਇਹ ਵੀ ਦੱਸਤਾ ਵੀ ਕਿਵੇਂ ਸਾਨੂੰ ਪਤਾ ਲੱਗੂ ਵੀ ਸਾਡੇ ਨੇੜੇ ਕਿੱਥੇ ਆ ਕੇਂਦਰ ਜਿਹੜਾ ਮਸ਼ੀਨਰੀ ਸੇਵਾ ਕੇਂਦਰ ਉਹ ਵੀ ਸੀ ਉਹ ਆਈ ਐਪ ਵਗੈਰਾ ਪਾ ਕੇ ਪਤਾ ਕਰ ਲਿਆ ਸਾਰਾ ਕੁਝ ਹੁਣ ਇਹਦੇ ਤੋਂ ਵੀ ਜਿਹੜਾ ਮਸ਼ੀਨਰੀ ਖਰੀਦ ਕੇ ਰੱਖ ਲੈਂਦੇ ਆ ਕਿਰਾਏ ਤੇ ਦਿੰਦੇ ਆਗੇ ਇਹਦੇ ਰੇਟ ਕੌਣ ਤੈਅ ਕਰਦਾ ਵੀ ਇੰਨਾ ਕਿਰਾਇਆ ਲੈਣਾ ਵਾ ਵਾਧ ਘਟਨਾ ਨਾ ਹੋਵੇ ਕਿਤੇ ਹਾਂ ਬਿਲਕੁਲ ਜੀ ਬਿਲਕੁਲ ਮਠਾ ਸਿੰਘ ਜੀ ਬੜਾ ਵਧੀਆ ਤੁਹਾਡਾ ਸਵਾਲ ਆ ਕਿਉਂਕਿ ਆਮ ਕਰਕੇ ਜ਼ਿੰਮੇਵਾਰ ਕਹਿੰਦੇ ਵੀ ਜੇ ਅਸੀਂ ਕਿਰਾਏ ਤੇ ਲੈਣਾ ਕਿਰਾਏ ਦੇ ਤੇ ਅਸੀਂ ਪਹਿਲਾਂ ਵੀ ਲੈ ਰਹੇ ਸੀ ਤੁਹਾਡੇ ਖੇਤੀ ਸੇਵਾ ਕੇਂਦਰ ਤੋਂ ਕਿਰਾਏ ਤੇ ਲੈਣ ਦਾ ਫਾਇਦਾ ਕੀ ਸਾਨੂੰ ਫਾਇਦਾ ਕੀ ਸਹੀ ਗੱਲ ਆ ਉਹਦੇ 'ਚ ਮੈਂ ਦੱਸਣਾ ਚਾਹਾਂਗਾ ਵੀ ਜਿਹੜੇ ਕਿਉਂਕਿ ਵਿਭਾਗ ਖੇਤੀਬਾੜੀ ਤੇ ਕਿਸਾਨ ਭਲਾਈ ਇਹ ਇੱਕ ਜਿੰਨਾ ਵੀ ਹੈ ਸਾਰਾ ਮਸ਼ੀਨਰੀ ਜਿਹੜੀ ਸਬਸਿਡੀ ਤੇ ਦੇ ਰਹੇ ਆ ਇਹ ਸਾਡੇ ਵਿਭਾਗ ਵੱਲੋਂ ਜਿਹੜੀਆਂ ਸਵਾਵਾਂ ਦਿੱਤੀਆਂ ਜਾ ਰਹੀਆਂ ਸੋ ਇਹ ਸਾਡੀ ਜ਼ਿੰਮੇਵਾਰੀ ਆ ਵੀ ਇਹ ਜਿਹੜੇ ਰੇਟ ਵੀ ਤੈਅ ਕਰਨਾ ਇਹ ਹਰ ਸਾਲ ਜਿਹੜੇ ਆ ਵਿਭਾਗ ਵੱਲੋਂ ਜਿਹੜੇ ਇਹਨਾਂ ਨੂੰ ਰੇਟਾਂ ਨੂੰ ਜਿਹੜਾ ਤੈਅ ਕੀਤਾ ਜਾਂਦਾ ਤੇ ਜਿਹੜੀ ਇਹ ਸਾਰੇ ਜਿੰਨੇ ਵੀ ਕਿਸਾਨ ਗਰੁੱਪਾ ਸੇਵਾ ਕੇਂਦਰ ਆ ਉਹਨਾਂ ਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਇਹ ਰੇਟ ਜਿਹੜੇ ਆ ਆਪਣੇ ਫਲੈਕਸ ਦੇ ਉੱਤੇ ਇਹਨਾਂ ਨੂੰ ਪ੍ਰਿੰਟ ਕਰਾ ਕੇ ਜਿੱਥੇ ਵੀ ਤੁਸੀਂ ਮਸ਼ੀਨਰੀ ਰੱਖੀ ਆ ਉਦੇ ਬਾਹਰ ਤੁਸੀਂ ਇਹਨੂੰ ਲਟਕਾਉਣਾ, ਬੋਰ ਲਾਉਣਾ ਮਤਲਬ ਬੋਰ ਲਗਾਉਣਾ ਇਹਦਾ ਤਾਂ ਕਿ ਜਿਹੜਾ ਵੀ ਕਿਸਾਨ ਤੁਹਾਡੇ ਕੋਲ ਛੋਟਾ ਕਿਸਾਨ, ਦਰਮਿਆਨਾ ਕਿਸਾਨ ਤੁਹਾਡੇ ਕੋਲ ਆਉਂਦਾ ਉਹਨੂੰ ਪਤਾ ਲੱਗ ਸਕੇ ਵੀ ਮੈਂ ਕਿਸ ਰੇਟ ਤੇ ਮਸ਼ੀਨਰੀ ਤੁਹਾਡੇ ਕੋਲ ਲੈਣੀ ਆ। ਨਾਲੇ ਇਹ ਵੀ ਪਤਾ ਹੋਵੇ ਵੀ ਮਾਰਕੀਟ ਦਾ ਰੇਟ ਕੀ ਆ ਤੇ ਜਿਹੜਾ ਖੇਤੀ ਕਿਸਾਨ ਸੇਵਾ ਕੇਂਦਰ ਆ ਉਹ ਕਿਸ ਰੇਟ ਤੇ ਸਾਨੂੰ ਮਸ਼ੀਨ ਦੇ ਰਿਹਾ। ਅੱਛਾ ਇੱਕ ਫੋਨ ਆ ਗਿਆ ਹੋਰ ਆਪਾਂ ਜਿਨ੍ਹਾਂ ਦਾ ਫੋਨ ਸੋਲ ਲਈਏ ਫਿਰ ਇਹ ਸਾਰੀ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ ਜੀ। ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਵਿਕਾਂਤ ਬੋਲ ਰਿਹਾ ਪਿੰਡ ਨਿਹਾਲ ਖੜਾ ਜਿਲ੍ਹਾ ਫਾਜ਼ਿਲਕਾ ਜੀ ਜੀ ਰਵਿਕਾਂਤ ਜੀ ਜੀ ਮੈਂ ਅੱਜ ਇਸ ਵਿਸ਼ੇ ਤੇ ਗੱਲ ਇਹ ਕਰਨਾ ਚਾਹੁੰਗਾ ਕਿ ਅਸੀਂ ਇੱਕ ਕਿਸਾਨ ਵਿਕਾਸ ਕਲੱਬ ਪਿੰਡ ਮਜੀਤਪੁਰ ਕਟਿਆਵਾਲੀ ਦੇ ਤਹਿਤ ਗਰੁੱਪ ਬਣਾਇਆ ਹੈ ਅਸੀਂ ਪਿਛਲੇ 10 ਸਾਲਾਂ ਤੋਂ ਜਿਹੜਾ ਚੱਲ ਰਿਹਾ ਹੈ ਤੇ ਪਿਛਲੇ ਹੀ ਸਾਲ ਅਸੀਂ ਉਸ ਤੇ ਜਿਹੜੇ ਪ੍ਰੌਲੀ ਨੂੰ ਵਿੱਚ ਨੱਪਣ ਵਾਸਤੇ ਪਸਰੀ ਰੈਂਡ ਕੋ ਨੂੰ ਨੱਪਣ ਵਾਸਤੇ ਫਾਈਲ ਅਪਲਾਈ ਕਰਕੇ ਇੱਕ ਰਿਵਰਸੀਬਲ ਪਲਾਉ ਮਲਚਰ ਤੇ ਜੀਰੋ ਡ੍ਰਿਲ ਮਸ਼ੀਨਾਂ ਲਗੀਆਂ ਜੀ ਤੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਸਾਰੇ ਗਰੁੱਪ ਵਾਲੇ ਜਿਹੜੇ ਹੈਗੇ ਅਸੀਂ 25 ਜਣੇ ਹੈਗੇ ਆ ਤੇ ਉਹ ਚਲਾ ਰਹੇ ਆ ਤੇ ਉਸ ਤੋਂ ਬਾਅਦ ਉਹਨਾਂ ਤੋਂ ਜਿਹੜੀ ਸਾਨੂੰ ਕਮਾਈ ਹੋਈ ਸੀ ਉਸ ਤੋਂ ਬਾਅਦ ਇੱਕ ਸਕੀਮ ਦੇ ਵਿੱਚ ਇਹ ਤੋਤਾ ਹਲ ਹੁੰਦਾ ਜਿਹੜਾ ਕਿ ਸਾਡੇ ਏਰੀਆ 'ਚ ਕਾਫੀ ਵਰਤਿਆ ਜਾਂਦਾ ਅਸੀਂ ਉਹਨਾਂ ਤੋਂ ਪੈਸੇ ਕਮਾ ਕੇ ਉਹ ਹਲ ਵੀ ਹੋਰ ਲੈਂਦਾ ਜੀ ਤੇ ਬਹੁਤ ਵਧੀਆ ਸੀ ਕਰ ਰਿਆਂ ਹੁਣ ਸਾਡੀ ਇਹ ਸਮੱਸਿਆ ਹੈ ਕਿ ਸਾਡੇ ਇਲਾਕੇ ਦੇ ਵਿੱਚ ਨਰਮੇ ਦੀ ਫਸਲ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਬੀਜੀ ਜਾਂਦੀ ਹੈ ਪਰ ਨਰਮੇ ਦੀ ਫਸਲ ਨੂੰ ਜਿਹੜੀ ਰਹਿਣ ਖੋਨ ਹੁੰਦੀ ਹੈ ਉਹਨੂੰ ਪਹਿਲਾਂ ਤਾਂ ਭੱਟੇ ਵਾਲੇ ਇੱਟਾ ਬਣਾਉਣ ਲਈ ਲੈ ਲੈਂਦੇ ਸੀ ਪਰ ਸਾਡੇ ਲਈ ਪਿਛਲੇ ਸਾਲਾਂ ਤੋਂ ਉਹ ਸਮੱਸਿਆ ਬਣੀ ਹੋਈ ਹੈ ਤੇ ਉਸ ਨੂੰ ਕੁਤਰਾ ਕਰਕੇ ਜਦੋਂ ਜ਼ਮੀਨ ਦੇ ਵਿੱਚ ਮਿਲਾਉਂਦੇ ਆਂ ਤੇ ਉੱਥੇ ਸਾਨੂੰ ਰੋਟਾਵੇਟਰ ਦੀ ਬਹੁਤ ਸਖਤ ਜ਼ਰੂਰਤ ਪੈਂਦੀ ਹੈ ਤੇ ਰੋਟਾਵੇਟਰ ਇੱਕ ਮਹਿੰਗੀ ਮਸ਼ੀਨਰੀ ਹੋਣ ਕਰਕੇ ਹਰ ਕਿਸਾਨ ਦੇ ਕੋਲ ਸਾਡੇ ਕੋਲ ਅਵੇਲੇਬਲ ਨਹੀਂ ਹੈ ਇੱਕ ਤਾਂ ਸਰਕਾਰ ਅੱਗੇ ਬੇਨਤੀ ਹੈ ਦੀ ਰੋਟਾਵੇਟਰ ਨੂੰ ਸ਼ੋਧ ਕਰਕੇ ਤੇ ਉਸ ਨੂੰ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਕੀਤਾ ਜਾਵੇ। ਕੀ ਆ ਕੋਈ ਹੋਰ ਇਹ ਜੀ ਮਸ਼ੀਨਰੀ ਬਣਾਈ ਜਾਵੇ ਜਿਹੜੇ ਨਾਲ ਸਾਡੇ ਨਰਮੇ ਦੀਆਂ ਜਿਹੜੀਆਂ ਛੱਟੀਆਂ ਨੇ ਉਹ ਜ਼ਮੀਨ ਦੇ ਵਿੱਚ ਮਿਕਸ ਹੋ ਕੇ ਤੇ ਸਾਨੂੰ ਉਹਦਾ ਲਾਹਾ ਮਿਲ ਸਕੇ ਜੀ। ਧੰਨਵਾਦ। ਜੀ ਬਿਲਕੁਲ ਜੀ ਬਹੁਤ ਹੀ ਵਧੀਆ ਪਹਿਲੀ ਤੇ ਇਹਨਾਂ ਨੂੰ ਵਧਾਈ ਦੇ ਪਾਤਰ ਆ ਵੀ 25 ਜ਼ਿਮੀਂਦਾਰ ਇਕੱਠੇ ਹੋ ਕੇ ਇੱਕ ਐਗਜ਼ਾਮਪਲ ਉਦਾਹਰਨ ਸੈੱਟ ਕੀਤੀ ਆ ਵੀ ਇਕੱਠੇ ਖੇਤੀ ਕਰ ਰਹੇ ਆ। ਤੇ ਵਧੀਆ ਮੁਨਾਫਾ ਕਮਾ ਰਹੇ। ਹੋਰ ਉਹਦੇ ਚ ਕਮਾਈ ਤੋਂ ਬਾਅਦ ਹੋਰ ਸੰਧ ਲਿਆ ਰਹੇ। ਹੋਰ ਸੰਧ ਵੀ ਜੋੜੇ ਆ ਜੀ। ਇਹ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਿਹਤ ਲੈਣ ਦੀ ਲੋੜ ਹੈ ਇਹਨਾਂ ਇਹੋ ਜੇ ਜ਼ਿੰਮੇਦਾਰਾਂ ਤੋਂ। ਬਾਕੀ ਇਹਨਾਂ ਨੇ ਜਿਹੜੀ ਸਮੱਸਿਆ ਦੱਸੀ ਹੈ ਵੀ ਨਰਮੇ ਦੀਆਂ ਛੀਟੀਆਂ ਦੀ ਪ੍ਰੋਬਲਮ ਆ। ਅ ਰਵੀ ਕਾਂਝੀ ਗੱਲ ਇਹ ਆ ਵੀ ਜਿਹੜੀ ਤੁਸੀਂ ਮਸ਼ੀਨਰੀ ਖਰੀਦੀ ਸੀ ਪਰਾਲੀ ਵਾਲੀ ਉਹਦੇ ਚ ਸੁਪਰ ਸੀਡਰ ਮਸ਼ੀਨ ਜਿਹੜੀ ਦਿੱਤੀ ਗਈ ਸੀ ਜਿਹਦੇ ਨਾਲ ਕਣਕ ਦੀ ਬਜਾਈ ਕੀਤੀ ਸੀ ਸੁਪਰ ਸੀਡਰ ਮਸ਼ੀਨ ਜਿਹੜੀ ਆ ਰੋਟਾਵੇਟਰ ਦਾ ਹੀ ਸੁਧਰਿਆ ਹੋਇਆ ਇੱਕ ਰੂਪ ਆ। ਜੇ ਅਸੀਂ ਰੋਟਾ ਕਣਕ ਵੀ ਜਣੀ ਆ ਤੇ ਸਾਰੀ ਮਸ਼ੀਨ ਨੂੰ ਯੂਜ਼ ਕਰ ਸਕਦੇ ਆ ਸੁਪਰਸੀਡਰ ਦੇ ਤੇ ਜੇ ਅਸੀਂ ਉਹਨੂੰ ਨਰਮੇ ਦੀਆਂ ਸ਼ੀਟੀਆਂ ਲਈ ਵਰਤਨਾ ਤੇ ਉੱਪਰੋਂ ਡ੍ਰਿਲ ਵਾਲਾ ਢਾਂਚਾ ਪਿੱਛੇ ਜਿਹੜੇ ਰੋਲਰ ਲੱਗੇ ਹੋਏ ਆ ਉਹਨੂੰ ਤੁਸੀਂ ਉਤਾਰ ਸਕਦੇ ਹੋ ਉਹਦੇ ਨਾਲ ਉਹ ਡਟੈਚ ਕਰਕੇ ਉਹਨੂੰ ਬਤੌਰ ਰੋਟਾਵੇਟਰ ਵੀ ਵਰਤ ਸਕਦੇ ਹੋ ਸੁਪਰਸੀਡਰ ਨੂੰ ਸੁਪਰਸੀਡਰ ਜਿਹੜਾ ਵਾ ਉਹ ਰੋਟਾਵੇਟਰ ਹੀ ਤੁਹਾਡਾ ਕੰਮ ਸੁਧਰੇ ਰੂਪ ਸੁਧਰੇ ਰੂਪ ਦੂਜੀ ਗੱਲ ਹੋਰ ਇੱਕ ਮਸ਼ੀਨ ਜਿਹੜੀ ਆ ਇਹਦੇ ਚ ਅਸੀਂ ਦਿੱਤੀ ਆ ਜਿਹੜੀ ਮਲਚਰ ਮਸ਼ੀਨ ਆ ਮਲਚਰ ਮਸ਼ੀਨ ਵੀ ਜਿਹੜੀ ਛੀਟੀਆਂ ਨੂੰ ਕੁਤਰਾ ਕਰ ਦਿੰਦੀ ਆ ਸਾਰੀ ਛੀਟੀਆਂ ਨੂੰ ਕੁਤਰਾ ਕਰਕੇ ਉਹਦਾ ਮਲਚ ਬਣਾ ਦਿੰਦੀ ਆ ਉਸ ਤੋਂ ਬਾਅਦ ਤੁਸੀਂ ਦੱਸਿਆ ਵੀ ਤੁਹਾਡ ਕੋਲ ਉਲਟਾਵਾ ਹਾਲ ਆ ਉਹਦੇ ਨਾਲ ਤੁਸੀਂ ਛੀਟੀਆਂ ਨੂੰ ਸਾਰੀਆਂ ਨੂੰ ਥੱਲੇ ਦਬਾ ਸਕਦੇ ਹੋ ਹਾਲ ਤੁਹਾਡੇ ਕੋਲ ਹੀ ਆ ਸਿਰਫ ਉਹਨਾਂ ਨੂੰ ਉਹਦਾ ਜਿਹੜਾ ਰੂਪ ਬਦਲਣ ਦੀ ਲੋੜ ਆ ਬਾਕੀ ਜੇ ਇਹਨਾਂ ਵਧੀਆ ਕੰਮ ਕਰ ਰਹੇ ਹੋ ਤੁਸੀਂ ਆਪਣੇ ਵਿਭਾਗ ਮਹਿਕਮਾ ਖੇਤੀਬਾੜੀ ਨਾਲ ਸੰਪਰਕ ਕਰ ਸਕਦੇ ਹੋ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਸਕੀਮ ਆਏਗੀ ਉਹਦੇ 'ਚ ਤੁਹਾਨੂੰ ਜਿਹੜਾ ਵਾ ਤੁਹਾਡੇ ਜਿਸ ਤਰ੍ਹਾਂ ਦੇ ਗਰੁੱਪ ਚੱਲ ਰਹੇ ਤੁਸੀਂ ਚਲਾ ਰਹੇ ਉਹਨੂੰ ਅਸੀਂ ਆਪਤ ਸਹਾਇਤ ਕਰਦੇ ਹਾਂ ਇਸ ਤਰ੍ਹਾਂ ਦੇ ਗਰੁੱਪਾਂ ਨੂੰ ਤੇ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਇਸੇ ਸਹਿਯੋਗ ਦੇਣ ਦੀ ਅਸੀਂ ਵੀ ਕੋਸ਼ਿਸ਼ ਕਰਾਂਗੇ ਜ਼ਰੂਰ ਆਪਾਂ ਕੰਮ ਕਰੋ ਆਪਾਂ ਸੋ ਬੜੀ ਚੰਗੀ ਗੱਲ ਹੈ ਦੇਖੋ ਐਡਾ ਵਧੀਆ ਗਰੁੱਪ ਚੱਲਣ ਡਿਆ ਹੈ ਜੀ ਬਿਲਕੁਲ ਸੇਧ ਲੈਣ ਵਾਲੀ ਪੁਰਜਾ ਹੈ ਜੀ ਦੇਖੋ ਇਹ ਉਦਾਹਰਣ ਨੂੰ ਆਪਾਂ ਨੂੰ ਹੋਰ ਵੀ ਪਿੰਡਾਂ 'ਚ ਲਾਗੂ ਕਰਨ ਦੀ ਲੋੜ ਹੈ ਲੋੜ ਹੈ ਚਾਹੋ ਜੀ ਉਹ ਗੱਲ ਉਹ ਜਿਹੜੇ ਰੇਟ ਵਾਰੀ ਤੁਸੀਂ ਦੱਸਿਆ ਸੀ ਵੀ ਇੱਕ ਤੇ ਬੋਰਡ ਲਾਣ ਦੀ ਲੋੜ ਹਾਂ 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 ਬਿਲਕੁਲ ਜੀ ਉਹ ਮਤਲਬ ਵਿਭਾਗ ਖੇਤੀਬਾੜੀ ਵਾਲੋ ਦੱਸਿਆ ਵੀ ਰੇਟ ਜਿਹੜੇ ਨਿਸ਼ਚਿਤ ਕੀਤੇ ਜਾਂਦੇ ਆ ਤੇ ਹਰ ਇੱਕ ਜਿਹੜੇ ਕਿਸਾਨ ਸੇਵਾ ਕੇਂਦਰ ਨੂੰ ਇਹ ਜ਼ਰੂਰੀ ਕੀਤਾ ਜਾਂਦਾ ਵੀ ਤੁਸੀਂ ਇਹਦਾ ਬੋਰਡ ਬਣਾ ਕੇ ਆਪਣੇ ਉੱਥੇ ਗੰਧ ਤੇ ਡਿਸਪਲੇਟ ਡਿਸਪਲੇਟ ਵੱਧ ਘਟ ਨਹੀਂ ਲੈਣਾ ਨੰਬਰ 2 ਇਹਦੇ ਚ ਰਜਿਸਟਰ ਉਹਨਾਂ ਨੂੰ ਮੰਡਟਰੀ ਕੀਤਾ ਹੈ ਜ਼ਰੂਰੀ ਕੀਤਾ ਹੋਇਆ ਕਿ ਕਿਸ ਜ਼ਿਮੀਦਾਰ ਦਾ ਤੁਸੀਂ ਕੰਮ ਕੀਤਾ ਕਿੰਨੇ ਏਕੜ ਕੀਤਾ ਤੇ ਕਿੰਨੇ ਰੁਪਏ ਔਰ ਕੋ ਚਾਰਜ ਕੀਤੇ ਉਹ ਲਿਖਨੇ ਹਾਂ ਲਿਖਨੇ ਉਹਨੂੰ ਅਸੀਂ ਬਕਾਇਦਾ ਸਮੇਂ-ਸਮੇਂ ਤੇ ਜਿਹੜੇ ਸਾਡੇ ਬਲਾਕ ਖੇਤੀਬਾੜੀ ਅਫਸਰ ਆ ਜਾਂ ਏਡੀਓਜ਼ ਆ ਉਹ ਜਾ ਕੇ ਚੈੱਕ ਕਰ ਸਕਦੇ ਆ ਨਜ਼ਰ ਰੱਖ ਜੀ ਬਿਲਕੁਲ ਸੋ ਕਹਿਣ ਤੋਂ ਭਾਵੇਂ ਜੇ ਸਬਸਿਡੀ ਉਹਨਾਂ ਨੂੰ ਮਿਲੀ ਹੈ ਤੇ ਉਹਦਾ ਸਹੀ ਮਾਲੀ ਹੋਵੇ ਔਰ ਕਿਸਾਨਾਂ ਨੂੰ ਸਹੂਲਤ ਮਿਲੇ ਅੱਛਾ ਹੁਣ ਨਵਦੀਪ ਜੀ ਇੱਕ ਗੱਲ ਜਿਹੜੀ ਮੇਰੇ ਜ਼ੈਨ 'ਚ ਵੀ ਆ ਰਹੀ ਹੈ ਕਿ ਤੁਹਾਡੀ ਇਸ ਸੋਚ ਨਾਲ ਕਈ ਕਿਸਾਨ ਰਲਣ ਦੀ ਕੋਸ਼ਿਸ਼ ਕਰਨਗੇ ਜੀ ਦੁੱਤਨਾ ਚਾਹੁੰਦੇ ਆ ਚਾਹਣਗੇ ਕਿ ਆਪਾਂ ਵੀ ਸੀਐਚਸੀ ਬਣਾ ਸਕਨੇ ਆ ਸਾਡੇ ਬੇਰੁਜ਼ਗਾਰ ਯੋਗ ਨਹੀਂ ਜੁਵਤੀਆਂ ਨੇ ਪਿੰਡਾਂ ਚ ਆਪਾਂ ਇਹ ਕੰਮ ਕਰ ਸਕਨੇ ਆ ਸੋ ਜੇ ਨਵੇਂ ਸੀਐਚਸੀ ਬਣਾਣੇ ਹੋਣ ਜਿਹਨੂੰ ਆਪਾਂ ਮਸ਼ੀਨਰੀ ਸੇਵਾ ਕੇਂਦਰ ਕਹਿੰਦੇ ਆ ਜਾਂ ਕਸਟਮਰੀ ਸੈਂਟਰ ਵੀ ਕਹ ਦਿੰਦੇ ਆ ਤੇ ਕਿਵੇਂ ਇਹ ਬਣਾਇਆ ਜਾ ਸਕਦੇ ਆ ਬਿਲਕੁਲ ਜੀ ਬੜਾ ਸੌਖਾ ਤਰੀਕਾ ਗੱਲ ਸ਼ੁਰੂ ਹੋਣੀ ਹੈ ਇਕੱਠੇ ਹੋਣ ਤੋਂ ਜੇ ਇਕੱਠੇ ਹੋ ਜਾਗੇ ਤੇ ਇੱਕ ਪਹਿਲਾ ਸਟੈਪ ਜਿਹੜਾ ਸਾਡਾ ਲਿਆ ਜਾਣਾ ਇਹਦੇ ਚ ਇਕੱਠੇ ਹੋ ਕੇ 8 ਤੋਂ 10 ਜ਼ਿਮੀਂਦਾਰ ਇਕੱਠੇ ਹੋਣ ਉਹਦੇ 'ਚ ਇਹ ਜ਼ਰੂਰੀ ਆ ਵੀ ਤੁਸੀਂ ਹਰ ਜਿਹੜਾ ਵਰਗ ਆ ਤੁਹਾਡੇ ਪਿੰਡ ਦਾ ਉਹਨੂੰ ਜਿਹੜਾ ਇੱਕ ਵਿੱਚ ਨੁਮਾਇੰਦਗੀ ਦਿੱਤੀ ਜਾਵੇ ਜੀ ਉਹਦੇ 'ਚ ਦੋ ਅਸੀਂ ਵਿਭਾਗ ਵੱਲੋਂ ਇਹ ਜ਼ਰੂਰੀ ਕੀਤਾ ਵੀ ਘੱਟੋ ਘੱਟ ਦੋ ਔਰਤ ਜੇ ਕਿਸਾਨ ਔਰ ਜਿਹੜੀਆਂ ਹੋਣ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਦੋ ਦੋ ਘੱਟੋ ਘੱਟ ਦੋ ਹੋਣ ਕਿਉਂਕਿ ਉਹਨਾਂ ਦੀ ਜਿਹੜੀ ਸ਼ਮੂਲੀਅਤ ਵੀ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਦੋ ਜਿਹੜੇ ਆ ਅਨੁਸੂਚਿਤ ਜਾਤੀ ਨਾਲ ਜਿਹੜੇ ਸਬੰਧਤ ਕਿਸਾਨ ਆ ਜਿਹੜੇ ਕਿਸਾਨ ਹੋਣ ਜਾਂ ਜੋ ਆਪ ਕੰਮ ਕਰਦੇ ਹੋਣ ਖੇਤੀ ਦਾ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਰੇ ਵਰਗਾਂ ਨੂੰ ਜਿਹੜੀ ਹੈ ਨੁਮਾਇੰਦਗੀ ਦਿੱਤੀ ਜਾ ਸਕੇ ਤੇ ਉਹ ਮਸ਼ੀਨਰੀ ਜਿਹੜੀ ਆ ਹਰ ਇੱਕ ਦੀ ਪਹੁੰਚ ਹੋਵੇ ਜਦੋਂ ਅਸੀਂ ਇਕੱਠੇ ਹੋ ਜੇ ਨੇ ਇਹ ਗਰੁੱਪ ਜਿਹੜੇ ਆ ਇਹ ਇੰਡਸਟਰੀ ਡਿਪਾਰਟਮੈਂਟ ਵੱਲੋਂ ਉਦਯੋਗ ਵਿਭਾਗ ਵੱਲੋਂ ਜਿਹੜੇ ਇਹਨਾਂ ਨੂੰ ਰਜਿਸਟਰ ਕੀਤਾ ਜਾਂਦਾ 500 ਰੁਪਏ ਜਿਹੜੀ ਇਹਦੀ ਫੀਸ ਆ ਆਨਲਾਈਨ ਤੁਸੀਂ ਉਹਨਾਂ ਦਾ ਪੋਰਟਲ ਬਣਿਆ ਉਹਦੇ ਤੇ ਅਪਲਾਈ ਕਰਨਾ ਅਪਲਾਈ ਕਰਕੇ ਤੁਸੀਂ ਆਨਲਾਈਨ ਹੀ ਫੀਸ ਭਰ ਦੇਣੀ ਆ ਤੇ ਇਹਦਾ ਸਰਟੀਫਿਕੇਟ ਇੱਕ ਹਫਤੇ ਦੇ ਅੰਦਰ ਅੰਦਰ ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਵਾ ਆ ਜਾਂਦਾ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਘਰ ਬੈਠੇ ਬਿਲਕੁਲ ਘਰ ਬੈਠੇ ਤੁਸੀਂ ਇਹ ਜਿਹੜੀ ਹੈ ਸੇਵਾ ਲੈ ਸਕਦੇ ਹੋ ਹੁਣ ਜਿੰਨੇ ਵੀ ਵਿਭਾਗ ਆ ਕਿਉਂਕਿ ਕੋਵਿਡ-19 ਕਰਕੇ ਜਿਹੜੀ ਆ ਮਲਦ ਦਫ਼ਤਰਾਂ ਦੇ ਵਿੱਚ ਜਿਹੜੇ ਆਮ ਪਬਲਿਕ ਦੀ ਜਿਹੜੀ ਕਟਾਈ ਗਈ ਹੈ ਸੇਵਾਵਾਂ ਦੇ ਰਹੇ ਆ ਜਿਹੜੀ ਕਟਾਇਆ ਗਿਆ ਉਹਨਾਂ ਨੂੰ ਪੋਰਟਲ ਦੇ ਥਰੂ ਜਿਹੜਾ ਆਨਲਾਈਨ ਹੀ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਭਾਵੇਂ ਉਹ ਸਾਡੇ ਜਿਹੜੇ ਸੋ ਆਨਲਾਈਨ ਅਪਲਾਈ ਕਰ ਸਕਦੇ ਨੇ ਬਿਲਕੁਲ ਆਨਲਾਈਨ ਅਪਲਾਈ ਕਰ ਸਕਦੇ ਨੇ ਤੇ ਜਿਹੜੀਆਂ ਸਹਿਕਾਰੀ ਸੇਵਾਵਾਂ ਨੇ ਜਾਂ ਕੋਈ ਪੰਚਾਇਤਾਂ ਦਾ ਜ਼ਿਕਰ ਤੁਸੀਂ ਕਰ ਰਹੇ ਸੀਗੇ ਇਹ ਵੀ ਆਪਣਾ ਕੋਈ ਮਸ਼ੀਨੀ ਸੇਵਾ ਕੇਂਦਰ ਬਣਾ ਸਕਦੇ ਨੇ ਬਿਲਕੁਲ ਜੀ ਉਹ ਤੇ ਅਸੀਂ ਤਰਜੀਹ ਦੇ ਆਧਾਰ ਤੇ ਉਹਨਾਂ ਨੂੰ ਜਿਹੜੀਆਂ ਇਹ ਸਕੀਮਾਂ ਦੇ ਰਹੇ ਹਾਂ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਸੇਕਾਰੀ ਸੇਵਾਵਾਂ ਸੀ ਉਹਨਾਂ ਨੂੰ ਜਿਹੜੇ ਵੀ ਮਸ਼ੀਨਰੀ ਲੈਣਾ ਚਾਹੁੰਦੇ ਸੀ ਉਹਨਾਂ ਨੂੰ ਤਰਜੀਹ ਦੇ ਆਧਾਰ ਤੇ ਜਿਹੜੀਆਂ ਮਸ਼ੀਨਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਇਸ ਸਾਲ ਜਿਹੜਾ ਇੱਕ ਨਵਾਂ ਪ੍ਰਾਲਾ ਕੀਤਾ ਗਿਆ ਵਿਭਾਗ ਵੱਲੋਂ ਪੰਚਾਇਤਾਂ ਉਹਨਾਂ ਨੂੰ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਕਿਉਂਕਿ ਕੋਈ ਪਿੰਡ ਐਸੇ ਜਿਹੇ ਆ ਵੀ ਜਿੱਥੇ ਛੋਟੇ ਜ਼ਿਮੀਦਾਰ ਆ ਜਿਹੜੇ ਇੰਨੇ ਨਹੀਂ ਉਹਨਾਂ ਕੋ ਸਰਮਾਇਆ ਹੈਗਾ ਵੀ ਉਹ ਮਸ਼ੀਨਾਂ ਖਰੀਦ ਸਕਣ ਜੀ ਜੀ ਉਸ ਪਿੰਡ ਦੇ ਵਿੱਚ ਪੰਚਾਇਤ ਨੂੰ ਜਿਹੜੇ ਅਖਤਿਆਰ ਦਿੱਤੇ ਗਏ ਆ ਵੀ ਉਹ ਮਸ਼ੀਨਾਂ ਖਰੀਦ ਕੇ ਆਪਣੇ ਪਿੰਡ ਦੇ ਵਸਨੀਕਾਂ ਨੂੰ ਛੋਟੇ ਜ਼ਿਮੀਦਾਰਾਂ ਨੂੰ ਜਿਹੜੀਆਂ ਉਹ ਮਸ਼ੀਨਾ ਮਹਈਆ ਕਰਵਾਉਣ ਉਹ ਵੀ ਅਸੀਂ ਇਸ ਵਾਰ ਜਿਹੜੀਆਂ ਕੜ ਤੋਂ ਕੜ ਵੀ ਜਲੰਧਰ ਜ਼ਿਲ੍ਹੇ 'ਚ ਅਸੀਂ ਜਿਹੜੀਆਂ 15 ਪੰਚਾਇਤਾਂ ਨੂੰ ਜਿਹੜਾ ਵਾ ਇਹ ਮਸ਼ੀਨਾ ਜਿਹੜੀਆਂ ਦਿੱਤੀਆਂ ਗਈਆਂ ਦਿੱਤੀਆਂ ਆ ਚਲੋ ਗੱਲ ਇਹ ਵੀ ਤੇ ਬਹੁਤ ਵਧੀਆ ਬਹੁਤ ਵਧੀਆ ਜਿਹੜੀਆਂ ਵਰਤੋਂ 'ਚ ਆ ਰਹੀਆਂ ਤੇ ਬਹੁਤ ਵਧੀਆ ਜਿਹੜਾ ਪਿੰਡ ਪਿੰਡ ਦੇ ਜਿਹੜੇ ਵਸੀਕ ਜਿਹੜੇ ਛੋਟੇ ਕਿਸਾਨਾਂ ਨੂੰ ਫਾਇਦਾ ਮਿਲ ਰਿਹਾ ਹੈ ਲਾਹਾ ਲੈਣਾ ਚਾਹੀਦਾ ਇਹ ਲਾਹਾ ਚ ਇਹ ਲੈਣਾ ਚਾਹੀਦਾ ਬਿਲਕੁਲ ਅੱਛਾ ਗੱਲ ਇਹ ਆਈ ਇੰਜ ਸਾਹਿਬ ਵੀ ਅਸੀਂ ਕੰਮ ਚਲੋ ਜਿੱਦਾਂ ਫੋਨ ਵੀ ਆਇਆ ਸੀ ਵੀ ਉਹ ਪ ਯਾ ਪਹਿਲਾ ਜਿਹੜੀਆਂ ਚੱਲ ਰਹੀਆਂ ਤੁਸੀਂ ਬੜੀਆਂ ਵਧੀਆ ਗੱਲਾਂ ਦਸੀਆਂ ਅਸੀਂ ਇਹ ਦੱਸੋ ਵੀ ਇਹਨਾਂ ਜਿਹੜੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਆ ਇਹਨੂੰ ਹੋਰ ਮਜ਼ਬੂਤ ਕਰਨ ਲਈ ਹੈਨਾ ਸਾਨੂੰ ਕੀ ਕਰਨਾ ਪਏਗਾ ਅਸੀਂ ਕੀ ਹਿੱਸਾ ਪਾ ਸਕਦੇ ਹਾਂ ਹੋਰ ਮਸ਼ੀਨਾਂ ਚ ਲੱਗ ਹੋਰ ਕਿੱਦਾਂ ਇਹਨੂੰ ਮਜ਼ਬੂਤ ਬਣਾ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਰਵੀ ਕਾਂਤ ਜੀ ਦਾ ਹੀ ਬੜਾ ਵਧੀਆ ਇੱਕ ਐਗਜ਼ਾਮਪਲ ਆ ਸਾਡੇ ਕੋਲ ਫਤਿਹਗੜ੍ਹ ਸਾਹਿਬ ਤੋਂ ਇਹ ਮਜ਼ਬੂਤੀ ਜਿਹੜੀ ਆ ਅਸੀਂ ਆਪ ਕਰਨੀ ਆ ਮਹਿਕਮੇ ਦੇ ਨਾਲ ਆਪ ਪ੍ਰਾਪਤਾ ਕੰਮ ਕਰਕੇ ਤੇ ਮਜ਼ਬੂਤੀ ਕਰਨੀ ਆ ਇੱਕ ਬੜਾ ਵਧੀਆ ਉਪਰਾਲਾ ਜਿਹੜੀ ਆਪਾਂ ਬੇਰੋਜ਼ਗਾਰੀ ਦੀ ਗੱਲ ਕਰ ਰਹੇ ਆ ਜਿਹੜੇ ਆਪਣੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੱਕ ਬੜਾ ਵਧੀਆ ਇੱਕ ਬਿਜ਼ਨਸ ਮਾਡਲ ਆ ਸਾਡੇ ਲਈ ਅਸੀਂ ਦੇਖਿਆ ਇੱਥੇ ਕਿਸਾਨ ਸਾਡੇ ਜਿਨ੍ਹਾਂ ਨੇ ਕਿਸਾਨ ਸੇਵਾ ਖੇਤੀ ਸੇਵਾ ਕੇਂਦਰ ਬਣਾਏ ਆ ਉਹ ਬਤੌਰ ਇਹਨੂੰ ਇੱਕ ਬਿਜ਼ਨਸ ਮਾਡਲ ਦੇ ਤੌਰ ਤੇ ਜਿਹੜਾ ਅਪਣਾ ਰਹੇ ਆ ਭਾਵੇਂ ਉਹ ਮੈਟ ਟਾਈਪ ਨਰਸਰੀ ਜਿਹੜੀ ਝੋਨੇ ਦੀ ਪਨੀਰੀ ਜਿਹੜੀ ਹੈ ਮਸ਼ੀਨਾ ਬੀਜ ਕੇ ਤੇ ਮਸ਼ੀਨਾ ਦੇ ਨਾਲ ਅੱਗੇ ਬਜਾਈ ਕਰ ਰਹੇ ਆ 5 5 6 6000 ਰੁਪਏ ਪ੍ਰਤੀ ਏਕੜ ਦਾ ਉਹ ਮਸ਼ੀਨੀ ਕਰਨ ਜਿਹੜਾ ਝੋਨੇ ਦਾ ਕਰਕੇ ਉਨਾ ਕੋ ਚਾਰਜ ਕਰ ਰਹੇ ਆ ਜੇ ਲੇਬਰ ਤੋਂ ਲਾਉਣੇ ਉਨਾ ਹੀ ਲੱਗਦਾ ਮਸ਼ੀਨਾਂ ਲਗਵਾਓਗੇ ਤੇ ਇੱਕ ਤੇ ਵਧੀਆ ਸਾਨੂੰ ਝੋਨਾ ਲੱਗਦਾ ਤੇ ਇੱਕ ਉਹਦੀ ਪੈਦਾਵਾਰ ਵੀ ਵਾਧੀ ਜਾਂਦੀ ਦੂਸਰਾ ਮਸ਼ੀਨਾਂ ਜੇ ਹੋਰ ਆਪਾਂ ਵਧਾਉਣਾ ਚਾਹੁੰਦੇ ਆ ਤੇ ਉਹ ਅਸੀਂ ਮਹਿਕਮੇ ਨਾਲ ਰابطਾ ਕਾਇਮ ਕਰਕੇ ਉਹਦੇ ਚ ਵੀ ਇਜਾਫਾ ਕਰ ਸਕਦੇ ਆ ਸੋ ਲੋੜ ਮਹਿਕਮਾ ਖੇਤੀਬਾੜੀ ਨਾਲ ਆਪਣਾ ਜਿਹੜਾ ਰابطਾ ਕਾਇਮ ਕਰਨ ਦੀ ਜੀ ਜੀ ਬਿਲਕੁਲ ਗੱਲ ਤੁਹਾਡੀ ਸਹੀ ਆ ਤੇ ਗਲਾਟੀ ਸਾਹਿਬ ਜੀ ਹੁਣ ਵਾਰੀ ਆਂਦੀ ਆ ਮੌਸਮ ਦਾ ਹਾਲ ਦੱਸਣ ਦੀ ਬਿਲਕੁਲ ਜੀ ਮਠਾ ਸਿੰਘ ਜੀ ਹੈ ਪਹਿਲੇ ਦੱਸ ਦਿਆਂ ਤਾਪਮਾਨ ਜੀ ਕਾਲ ਦਾ ਜਿਹੜਾ ਕਿਵੇਂ ਰਿਹਾ ਤਾਪਮਾਨ ਦੀ ਜਿਹੜੀ ਖਬਰ ਕਰ ਲਿਆ محکمہ ਲਿਆਨੇ ਉਹ ਇਹ ਆ ਵੀ ਚੰਡੀਗੜ੍ਹ ਚ ਵੱਧ ਤੋਂ ਵੱਧ 31.1 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 23.1 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 33 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 23.6 ਡਿਗਰੀ ਸੈਲਸੀਅਸ ਜੀ ਲੁਧਿਆਣਾ ਚ ਰਿਹਾ ਜੀ 31.5 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 22.8 ਜੀ ਮਡਾ ਪਟਿਆਲਾ ਦੇ ਵਿੱਚ ਰਿਹਾ ਜੀ 31.6 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 22.6 ਬਠਿੰਡਾ ਚ ਵਾਤਵਾਦ 27.4 ਤੇ 22.5 ਘਟ ਤੋਂ ਘਟ ਤੇ ਫਰੀਦਕੋਟ ਚ ਜਿਹੜਾ ਤਾਪਮਾਨ ਆ 31.2 ਡਿਗਰੀ ਸੈਲਸੀਅਸ ਤੇ 23.6 ਡਿਗਰੀ ਸੈਲਸੀਅਸ ਆ ਜੀ ਤੇ ਮੌਸਮ ਦੇ ਬਾਰੇ ਜਿਹੜੀ ਖਬਰ ਇਹਨਾਂ ਨੇ ਕੱਲੀ ਆ ਵੀ ਆਉਣ ਵਾਲੀ 24 ਘੰਟਿਆਂ ਚ ਨਾ ਵੈਦ ਤੇ ਮੌਸਮ ਇਹਨਾਂ ਨੇ ਦੱਸਿਆ ਵੀ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈ ਸਕਦੀ ਆ ਤੇਜ਼ ਹਵਾਵਾਂ ਵੀ ਕਰ ਸਕਦੇ ਜੀ ਇਹ ਤੇ ਸੀ ਜੀ ਮੌਸਮ ਦਾ ਹਾਲ ਬਿਲਕੁਲ ਮੇਟਾ ਜੀ ਕਿਸਾਨ ਵੀਰੋ ਤੇ ਪੈਨੋ ਤੁਸੀਂ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਹੋਵੇ ਤੁਸੀਂ ਸਾਨੂੰ ਖਤ ਲਿਖ ਸਕਦੇ ਆ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਜਦੋਂ ਘਰੋਂ ਬਾਹਰ ਜਾਂਦੇ ਹੋ ਨਾ ਤੇ ਮਾਸਕ ਜ਼ਰੂਰ ਪਾ ਕੇ ਜਾਓ ਬਾਹਰ ਜਾ ਕੇ ਸਮਾਜਿਕ ਦੂਰੀ ਜਿਹੜੀ ਇੱਕ ਦੂਜੇ ਤੋਂ ਬਣਾ ਕੇ ਰੱਖੋ ਜਦੋਂ ਘਰ ਵਾਪਸ ਆਣੇ ਆ ਸਭ ਨਾਲ ਚੰਗੀ ਤਰ੍ਹਾਂ ਹੱਥ ਧੋਵੋ ਜਾਂ ਫਿਰ ਸੈਨੀਟਾਈਜ਼ਰ ਹੈ ਉਹਦੇ ਨਾਲ ਹੱਥ ਸਾਫ਼ ਕਰ ਸਕਦੇ ਹੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਇੰਜੀਨੀਅਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਜੈ ਜੀ ਧੰਨਵਾਦ ਮਿੱਠਾ ਸਿੰਘ ਜੀ